ਵਿੱਚੋਂ ਕਿਸੇ ਨੇ ਪਰਟੀਕੁਲਰ ਨਾਮ ਹੀ ਲਿਆ ਹੈ ਲੋਕਾਂ ਦਾ, ਇੱਕ ਹੀ ਨਾਮ ਲਿਆ, ਉਹ ਕਿਉਂ ਲਿਆ ਗਿਆ ਇਹ ਵੀ ਤਾਂ ਸੋਚਣ ਦੀ ਬਣਦਾ। ਬਲੇਮ ਦੇਖੋ ਲਾਣਾ ਹਰ ਕਿਸੇ ਦਾ ਰਾਈਟ ਹੈ, ਪਰ ਉਹ ਤੱਤ ਨਾਲ ਲਾਵੇ ਨਾ ਕੋਈ ਚੀਜ਼। ਤੁਸੀਂ ਗੱਲਾਂ ਕਰਦੇ ਹੋ ਵੱਡੀਆਂ ਵੱਡੀਆਂ, ਐਵੇਂ ਕੋਈ ਵੱਡਾ ਬਣਦਾ? ਰਾਜਪੁਰੇ ਦੇ ਲੀਡਰ ਬਣਨ ਫਿਰਦੇ ਸੀਗੇ ਤੇ ਆਪਾਂ ਅੱਜ ਕਿਹੜੀ ਕੈਟਾਗਰੀ ਵਿੱਚ ਆਪਣੇ ਆਪ ਨੂੰ ਸਮਝਦੇ ਹਾਂ? ਸ਼ੰਟੀ ਜੀ, ਸਾਰਾ ਰਾਜਪੁਰਾ ਸਾਰਾ ਸਮਾਜ ਜਾਣਦਾ ਕਿ ਤੁਸੀਂ ਤੇ ਜਗਦੀਸ਼ ਕੁਮਾਰ ਜੱਗਾ ਜੀ ਪਰਮ ਮਿੱਤਰ ਹੋ। 43 ਸਾਲ ਦੀ ਯਾਰੀ, ਇਹੋ ਜਿਹਾ ਕਿਆ ਹੋਇਆ ਕਿ ਅੱਜ ਤੁਹਾਨੂੰ ਉਹਨਾਂ ਬਾਰੇ ਹੀ ਇਹੋ ਜਿਹੀ ਗੱਲਾਂ ਕਰਨੀ ਪੈ? ਦੇਖੋ ਕੁਛ ਵੀ ਨਹੀਂ ਹੋਇਆ, ਕੁਛ ਵੀ ਨਹੀਂ ਹੋਇਆ, ਔਰ ਬਹੁਤ ਕੁਛ ਹੋ ਗਿਆ। ਆਪਣੇ ਸਮਾਜ ਚੋ ਕੋਈ ਦਲਾਲ ਫਿਰਦੇ ਨੇ ਜਿਹੜੇ ਬੋਲਪੁਰੀ ਨੇ, ਮੈਨੂੰ ਤਾਂ ਉਹਨਾਂ ਦਾ ਨਾਮ ਚਾਹੀਦਾ, ਕਿਹੜੇ ਹੈ? ਜੇ ਕੋਈ ਆਪਸੀ ਉਹਨਾਂ ਦੀ ਕੋਈ ਰੰਜੀ ਸ਼ਾਇਦ ਹੈ ਤਾਂ ਤੁਸੀਂ ਉਹਨਾਂ ਕੋਲ ਜਾ ਕੇ ਲੜ ਲਓ ਜਿੱਥੇ ਮਰਜ਼ੀ ਲੜਨਾ, ਤੁਸੀਂ ਸਾਡੇ ਸਮਾਜ ਨੂੰ ਨਾ ਇੱਕ ਪਾਸੇ ਲਾਓ। ਸ਼ੰਟੀ ਜੀ, ਅੱਜ ਹੀ ਤੁਹਾਨੂੰ ਗੁੱਸਾ ਕਿਉਂ ਆਇਆ? ਜਗਦੀਸ਼ ਕੁਮਾਰ ਜੱਗਾ ਜੀ ਤਾਂ ਸ਼ਾਮ ਸੁੰਦਰ ਵਧਵਾ ਜੀ ਨਾਲ ਕਦੇ ਨਾ ਕਦੇ ਜ਼ਮੀਰ ਜਾਗੂਗਾ, ਨਹੀਂ ਜਾਗੂਗਾ ਸਰ? ਰਾਣਾ ਸਾਹਿਬ ਬਾਰੇ ਵੀ ਬਹੁਤ, ਮੈਂ ਕਿਹਾ ਕਦੇ ਨਾ ਕਦੇ ਤਾਂ ਜ਼ਮੀਰ ਜਾਗੂਗਾ, ਸਾਰੀ ਉਮਰ ਪਿਛਲੀ ਕਲਾਸ 'ਚ ਥੋੜ੍ਹੀ ਬੈਠਾਂਗੇ। ਦੇਖੋ ਪਤਾ ਹੀ ਕਿਆ, ਘਰ ਵਾਪਸੀ ਤਾਂ ਹੋਏਗੀ ਨਾ, ਵੀ ਜਦ ਇੱਧਰ ਮਾਨ ਸਨਮਾਨ ਦੀ ਕੋਈ ਦਿੱਕਤ ਹੈ। ਜੇ ਕੱਲ ਨੂੰ ਇਹਨਾਂ ਨੇ ਮਾਨ ਸਨਮਾਨ ਨਾ ਦਿੱਤਾ ਫਿਰ ਤੁਸੀਂ ਘਰ ਵਾਪਸੀ ਕਰੋਗੇ? ਤੁਸੀਂ ਕਹਿ ਰਹੇ ਹੋ ਕਿ ਉਹ ਨਾਮ ਲੈਣ, ਇਸ ਟਾਈਮ ਤਾਂ ਉਹਨਾਂ ਨੇ ਸਾਰਿਆਂ ਤੇ ਹੀ ਕੁਐਸਚਨ ਮਾਰਕ ਲਾ ਤੇ ਵੀ ਸ਼ਾਇਦ ਇਹ ਵੀ ਦਲਾਲ ਹੋ ਸਕਦਾ, ਸ਼ਾਇਦ ਇਹ ਵੀ ਦਲਾਲ ਹੋ ਸਕਦਾ, ਤਾਂ ਹੀ ਤਾਂ ਬੋਲਪੁਰੀ ਅੱਜ ਇਕੱਠੇ ਹੋਏ ਆ ਸਾਰੇ, ਬੋਲਪੁਰੀ ਬਰਾਦਰੀ ਇਕੱਠੀ ਹੋਈ ਹੈ। ਮੰਨਦੇ ਨਹੀਂ ਹੈ, ਹੋਈ ਹੈ, ਕਿਉਂ ਨਾ ਹੋਵੇ? ਕਿਸੇ ਦਾ ਦਬਦਬਾ ਥੋੜੀ ਹੈ, ਕਿਸੇ ਦੇ ਦੱਬੇ ਵੇ ਥੋੜੀ ਹੈ, ਕੋਈ ਕੋਈ ਨਹੀਂ ਦੱਬਿਆ ਹੋਇਆ ਅੱਜ ਦੀ ਡੇਟ, ਨਾ ਹੀ ਕੋਈ ਦਿਲ ਦੀ ਪੜਾਅ ਸੀ, ਇਹ ਸੱਚਾਈ ਸੀ ਸਾਡੇ ਸਮਾਜ ਦੀ। 2 ਘੰਟੇ ਬਾਅਦ ਬੰਦੇ ਲਾਈਵ ਹੋ ਜਾਂਦੇ ਨੇ, ਉਹਨਾਂ ਨੂੰ ਬੋਲਣ ਦਾ ਉਹਨਾਂ ਦਾ ਲਹਿਜਾ ਦੇਖਿਆ ਤੁਸੀਂ? ਕੀ ਲਹਿਜਾ ਉਹਨਾਂ ਦਾ? ਆਪਾਂ ਮਾਂ ਭੈਣ ਦੀ ਗੱਲ ਤਾਂ ਐਵੇਂ ਕੋਮਨ ਕਰ ਦਿੰਦੇ ਹਾਂ ਜਿਵੇਂ ਕਿਸੇ ਨੂੰ ਕਹਿ ਦਿੰਦੇ ਹਾਂ 2 ਰੋਟੀਆਂ ਬਣਾਈ ਮੇਰੇ ਲਈ। ਜੋ ਉਹਨਾਂ ਦੇ ਵਿਚਾਰ ਹੈ ਤੁਸੀਂ ਸਾਰੇ ਸੁਣਦੇ ਹੋ ਨਾ ਸਾਰੇ, ਜੋ ਤੁਸੀਂ ਉਹਨਾਂ ਦੀਆਂ ਗੱਲਾਂ ਹੈ ਸੁਣਦੇ ਹੋ ਨਾ, ਤੁਸੀਂ ਮੇਰੇ ਹਿਸਾਬ ਨਾਲ ਮੇਰੇ ਤੋਂ ਜ਼ਿਆਦਾ ਰੂਬਰੂ ਹੋ ਉਸ ਆਦਮੀ ਨਾਲ। ਤੁਸੀਂ ਇਹ ਗੱਲ ਕਹੀ ਹੈ ਨਾ ਕਿ ਵੀ ਹਰ ਚੌਕ 'ਚ ਗਾਲ ਕੱਢਦੇ ਨੇ, ਇਹ ਕਰਦੇ ਨੇ, ਠੀਕ ਹੈ, ਜਦ ਤੁਹਾਡੇ ਨਾਲ ਰਹਿੰਦੇ ਸੀ ਤਦ ਨਹੀਂ ਮਤਲਬ ਇਹੋ ਜਿਹਾ ਨੇਚਰ ਸੀ ਕਿ ਹੁਣ ਹੋ ਗਿਆ ਉਹਨਾਂ ਦਾ? ਮੈਂ ਦੱਸ ਤੁਹਾਡੀ ਗੱਲ 'ਤੇ ਆ ਰਿਹਾ ਮੈਂ, ਆਪਾਂ ਵੀ ਇੱਕ ਦੂਜੇ ਨੂੰ ਨਹੀਂ ਕਹਾਂਗੇ ਤੈਨੂੰ ਮੈਂ ਬੰਦੇ ਦਾ ਪੁੱਤ ਬਣਾ ਦਾਂਗਾ, ਕੀ ਹੁੰਦਾ ਹੈ? ਸੰਸਕਾਰ ਨੇ ਆਪਣੇ, ਮੇਰੇ ਹਿਸਾਬ ਨਾਲ ਕੋਈ ਖਾਨਦਾਨੀ ਆਦਮੀ ਇੱਦਾਂ ਦੀ ਗੱਲ ਨਹੀਂ ਕਰ ਸਕਦਾ। ਇਹ ਬੜਾ ਵੱਡਾ ਮੈਸੇਜ ਹੈ ਸ਼ਹਿਰ ਲਈ, 43 ਸਾਲ ਦੀ ਯਾਰੀ, 33 ਸਾਲ ਦੀ ਯਾਰੀ, ਜੋ ਸਾਡਾ ਨਹੀਂ ਹੈ ਤਾਂ ਕਿਸੇ ਦਾ ਨਹੀਂ ਹੋ ਸਕਦਾ। ਅੱਜ ਜਿਹੜੀ ਬੋਲਪੁਰੀ ਸਮਾਜ ਦੀ ਮੀਟਿੰਗ ਰੱਖੀ ਸੀਗੀ, ਵੀ ਇਹ ਤਾਂ ਏਜੰਡਾ ਸੀਗਾ ਵੀ ਚਲੋ ਬੋਲਪੁਰੀ ਸਾਰੇ ਆਪਾਂ ਇਕੱਠੇ ਹੋਈਏ, ਚਲੋ ਵੀ ਮੁੱਦੇ ਦੀ ਗੱਲ ਹੈ ਵੀ ਵਿੱਚੋਂ ਕਿਸੇ ਨੇ ਪਰਟੀਕੁਲਰ ਨਾਮ ਹੀ ਲਿਆ ਹੈ ਲੋਕਾਂ, ਇੱਕ ਹੀ ਨਾਮ ਲਿਆ, ਉਹ ਕਿਉਂ ਲਿਆ ਗਿਆ ਇਹ ਵੀ ਤਾਂ ਸੋਚਣ ਦੀ ਬਣਦਾ, ਹੋਰ ਵੀ ਤਾਂ ਆਪਣੇ ਬੋਲਪੁਰੀ ਹੈਗੇ, ਕਿਹਦਾ ਨਾਮ ਤਾਂ ਨਹੀਂ ਲਿਆ ਗਿਆ, ਕਾਰਨ ਕਿਆ ਹੈ? ਕਾਰਨ ਇੱਕੋ ਇੱਕ ਹੈ ਵੀ ਆਪਾਂ ਇੱਕ ਆਪਣੀ ਜ਼ਬਾਨ 'ਤੇ ਕਾਬੂ ਨਹੀਂ ਰੱਖ ਪਾ ਰਹੇ, ਬਿਲਕੁਲ ਕਾਬੂ ਨਹੀਂ ਰੱਖ ਪਾ ਰਹੇ, ਔਰ ਉਹਨਾਂ ਨੇ ਜੋ ਵੀ ਐਪੀਸੋਡ ਪਿੱਛੇ 5 ਦਿਨਾਂ 'ਚ 10 ਦਿਨਾਂ 'ਚ ਜਾਂ 20 ਦਿਨਾਂ 'ਚ ਇੱਕ ਪਰਟੀਕੁਲਰ ਬੰਦੇ ਦੇ ਨਾਮ 'ਤੇ, ਉਹ ਬੰਦਾ ਵੀ ਕੌਣ ਹੈ? ਮੌਜੂਦ ਬੰਦੇ ਨੇ, ਸ਼ਹਿਰ ਦੇ MLAs ਨੇ, ਉਹਨਾਂ ਦੇ ਹਸਬੈਂਡ ਨੇ,
ਤੁਸੀਂ ਉਹਨਾਂ 'ਤੇ ਬਲੇਮ ਕਰ ਰਹੇ ਹੋ। ਬਲੇਮ ਦੇਖੋ ਲਾਣਾ ਹਰ ਕਿਸੇ ਦਾ ਰਾਈਟ ਹੈ, ਪਰ ਉਹ ਤੱਤ ਨਾਲ ਲਾਵੇ ਨਾ ਕੋਈ ਚੀਜ਼ ਬਿਨਾਂ ਤੱਤ, ਵੀ ਠੇਕੇ ਦੇ ਥਾਣੇ ਦਿੱਤੇ ਹੋਏ ਨੇ ਵੀ ਤੁਹਾਡੇ ਕੋਲ ਕੋਈ ਸਬੂਤ ਵੀ ਫਲਾਣੇ ਬੰਦੇ ਜੀ ਬੋਲਪੁਰੀਆਂ ਦੇ ਵਿੱਚੋਂ ਆਪਣੇ 'ਚੋਂ ਹੀ ਕੋਈ ਦਲਾਲ ਫਿਰਦੇ ਨੇ, ਨਾਮ ਦੱਸੋ। ਐਵੇਂ ਥੋੜ੍ਹੀ ਆਪਾਂ ਕਿਸੇ ਨੂੰ ਕਟਹਿਰੇ 'ਚ ਖੜਾ ਕਰ ਦੇਵਾਂਗੇ, ਉਹ ਵੀ ਬੋਲਪੁਰੀ ਮੰਚ 'ਤੇ। ਤੁਸੀਂ ਗੱਲਾਂ ਕਰਦੇ ਹੋ ਵੱਡੀਆਂ ਵੱਡੀਆਂ, ਐਵੇਂ ਕੋਈ ਵੱਡਾ ਬਣਦਾ? ਕੋਈ ਤਰੀਕਾ ਹੁੰਦਾ, ਕੋਈ ਬੋਲਬਾਣੀ ਹੁੰਦੀ ਹੈ? ਐ ਮੈਨੂੰ ਤਾਂ ਨਹੀਂ ਸਮਝ ਆਈ ਵੀ ਆਪਾਂ ਲੀਡਰ ਰਾਜਪੁਰੇ ਦੇ ਲੀਡਰ ਬਣਨ ਫਿਰਦੇ ਸੀਗੇ ਅਤੇ ਆਪਾਂ ਅੱਜ ਕਿਹੜੀ ਕੈਟਾਗਰੀ 'ਚ ਆਪਣੇ ਆਪ ਨੂੰ ਸਮਝਦੇ ਹਾਂ ਵੀ ਆਪਾਂ ਰਾਜਪੁਰੇ ਨੂੰ ਵੀ। ਸ਼ੰਟੀ ਜੀ, ਸਾਰਾ ਰਾਜਪੁਰਾ ਸਾਰਾ ਸਮਾਜ ਜਾਣਦਾ ਕਿ ਤੁਸੀਂ ਅਤੇ ਜਗਦੀਸ਼ ਕੁਮਾਰ ਜੱਗਾ ਜੀ ਪਰਮ ਮਿੱਤਰ ਹੋ। 43 ਸਾਲ ਦੀ ਯਾਰੀ, ਸੰਤਾਲੀ ਸਾਲ ਮੇਰੀ ਉਮਰ ਹੈ ਔਰ 43 ਸਾਲ ਦੀ ਯਾਰੀ। ਇਹੋ ਜਿਹਾ ਕਿਆ ਹੋਇਆ ਕਿ ਅੱਜ ਤੁਹਾਨੂੰ ਉਹਨਾਂ ਬਾਰੇ ਹੀ ਇਹੋ ਜਿਹੀ ਗੱਲਾਂ ਕਰਨੀ ਪੈ ਰਹੀ? ਦੇਖੋ ਕੁਛ ਵੀ ਨਹੀਂ ਹੋਇਆ, ਕੁਛ ਵੀ ਨਹੀਂ ਹੋਇਆ ਔਰ ਬਹੁਤ ਕੁਛ ਹੋ ਗਿਆ। ਆਪਾਂ ਬੋਲਪੁਰੀ ਹੈ, ਪਹਿਲੀ ਵਾਰ ਤਾਂ ਆਪਾਂ ਬੋਲਪੁਰੀ ਹੈ। ਮੈਨੂੰ ਇੱਕ ਗੱਲ ਬੜੀ ਚੁਭੀ ਵੀ ਆਪਣੇ ਸਮਾਜ 'ਚੋਂ ਕੋਈ ਦਲਾਲ ਫਿਰਦੇ ਨੇ ਜਿਹੜੇ ਬੋਲਪੁਰੀ ਨੇ, ਮੈਨੂੰ ਤਾਂ ਉਹਨਾਂ ਦਾ ਨਾਮ ਚਾਹੀਦਾ ਵੀ ਕਿਹੜੇ ਹੈ। ਔਰ ਦੂਜੀ ਗੱਲ, ਠੇਕੇ ਥਾਣੇ ਫਲਾਣਾ ਡਿਮਕਾ ਵਟ ਐਵਰ, ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਬੰਦਾ ਬਣਾ ਦੂੰਗਾ ਜੀ, ਜਾਂ ਕੋਈ ਤੁਹਾਡੇ ਕੋਲ ਆਇਆ ਹੋਵੇ ਵੀ ਕਿਸੇ ਨੂੰ ਕਹਿੰਦੇ ਜੀ ਇਹ ਤਾਂ MLA ਦਾ ਹਸਬੈਂਡ ਨਾ ਧਮਕੀਆਂ ਦਿੰਦਾ ਹੈ, ਲੋਕਾਂ ਕੋਲ ਪੈਸੇ ਮੰਗਦਾ। ਕੋਈ ਇੱਕ ਬੰਦਾ ਨਾਲ ਖੜ ਕੇ ਨਾ, ਤੁਸੀਂ ਕੋਈ ਨਾਲ ਖੜਾਓ ਬੰਦਾ ਵੀ ਇਸ ਬੰਦੇ ਕੋਲ ਪੈਸੇ ਮੰਗੇ ਨੇ, ਖੜਿਆ ਫਿਰ ਤਾਂ ਦੇਖੋ ਗੱਲ 'ਚ ਜਾਨ ਪੈਂਦੀ ਹੈ। ਇਹ ਆਪਾਂ ਆਪਣੇ ਸਮਾਜ ਨੂੰ ਇੱਕ ਪਾਸੇ ਲਾ ਦਈਏ, ਕਿਹੜੀ ਰਾਜਨੀਤੀ ਕਰਦੇ ਹੋ? ਮੈਨੂੰ ਤਾਂ ਨਹੀਂ ਲੱਗਦਾ ਇਹ ਰਾਜਨੀਤੀ ਦਾ ਕੋਈ ਪਾਰਟ ਸੀ, ਇਹ ਕੋਈ ਆਪਸੀ ਉਹਨਾਂ ਦੀ ਕੋਈ ਰੰਜਿਸ਼ ਹੈ ਤਾਂ ਤੁਸੀਂ ਉਹਨਾਂ ਕੋਲ ਜਾ ਕੇ ਲੜ ਲਓ ਜਿੱਥੇ ਮਰਜ਼ੀ ਲੜਨਾ, ਤੁਸੀਂ ਸਾਡੇ ਸਮਾਜ ਨੂੰ ਨਾ ਇੱਕ ਪਾਸੇ ਲਾਓ। ਸ਼ੰਟੀ ਜੀ, ਅੱਜ ਹੀ ਤੁਹਾਨੂੰ ਗੁੱਸਾ ਕਿਉਂ ਆਇਆ? ਜਗਦੀਸ਼ ਕੁਮਾਰ ਜੱਗਾ ਜੀ ਤਾਂ ਸ਼ਾਮ ਸੁੰਦਰ ਵਧਵਾ ਜੀ ਨਾਲ ਵੀ ਕਦੇ ਨਾ ਕਦੇ ਜ਼ਮੀਰ ਜਾਗੂਗਾ, ਨਹੀਂ ਜਾਗੂਗਾ ਸਰ? ਰਾਣਾ ਸਾਹਿਬ ਬਾਰੇ ਵੀ ਬਹੁਤ, ਮੈਂ ਕਿਹਾ ਕਦੇ ਨਾ ਕਦੇ ਤਾਂ ਜ਼ਮੀਰ ਜਾਗੂਗਾ, ਸਾਰੀ ਉਮਰ ਪਿਛਲੀ ਕਲਾਸ 'ਚ ਥੋੜ੍ਹੀ ਬੈਠਾਂਗੇ, ਕਦੇ ਨਾ ਕਦੇ ਤਾਂ ਅੱਗੇ ਆਵਾਂਗੇ, ਨਹੀਂ ਆਵਾਂਗੇ। ਹੋਰ ਤੁਸੀਂ ਕਿਆ ਕਹਿਣਾ ਚਾਹੁੰਦੇ ਹੋ, ਹੋਰ ਲੋਕਾਂ ਨੂੰ ਕਿਆ ਕਹਿਣਾ ਚਾਹੁੰਦੇ ਹੋ ਜਿਹੜੇ ਉਹਨਾਂ ਦੇ ਨਾਲ ਹੈ? ਮੈਂ ਉਹਨਾਂ ਦੇ ਨਾਲ ਜਾਂ ਮੇਰੇ ਨਾਲ ਤਾਂ ਸਾਰੇ ਹੀ ਨੇ, ਸਾਰੇ ਹੀ ਆਪਣੇ ਨਾਲ ਨੇ, ਕਿਉਂਕਿ ਆਪਣੀ ਇੱਕ ਛੋਟੀ ਜਿਹੀ ਤਾਂ ਕਮਿਊਨਿਟੀ ਹੈ, ਇੱਕ ਦੂਜੇ ਨਾਲ ਪਰਿਵਾਰ ਨਾਲ ਪਰਿਵਾਰ ਜੁੜਿਆ ਹੋਇਆ। ਮੈਂ ਚਾਹੁੰਦਾ ਵੀ ਤੁਸੀਂ ਰਾਜਨੀਤੀ ਕਰੋ, ਵਧੀਆ ਢੰਗ ਨਾਲ ਕਰੋ, ਬੰਦੇ ਨਾਲ ਜੋੜੋ। ਗਲਤ ਗੱਲ ਨਾਲ ਮੈਂ ਤੈਨੂੰ ਬੰਦਾ ਬਣਾ ਦੂੰਗਾ ਜਾਂ ਮੈਂ ਇਹੋ ਜਿਹੀ ਗੱਲ ਕਰਦਾ ਵੀ ਇਹ ਗੱਲਾਂ ਨਾ ਬਰਦਾਸ਼ਤ ਨਹੀਂ ਹੈ। ਦੇਖੋ ਪਤਾ ਕਿਆ, ਘਰ ਵਾਪਸੀ ਤਾਂ ਹੋਏਗੀ ਨਾ ਵੀ ਜਦ ਇੱਧਰ ਮਾਨ ਸਨਮਾਨ ਦੀ ਕੋਈ ਦਿੱਕਤ ਹੈ, ਜੇ ਇੱਥੇ ਸਾਨੂੰ ਵੱਧ ਤੋਂ ਇੰਨਾ ਮਾਨ ਸਨਮਾਨ ਮਿਲ ਰਿਹਾ ਔਰ ਅੱਜ ਅਸੀਂ, ਮੈਂ ਠੋਕ ਕੇ ਕਹਿ ਸਕਦਾ ਵੀ ਮੈਂ ਆਪਣੇ ਆਪ ਨੂੰ ਨਾ ਇੱਕ ਗਰਵ ਮਹਿਸੂਸ ਕਰਦਾ ਇਸ ਪਾਰਟੀ 'ਚ ਜਾ ਕੇ। ਜੇ ਕੱਲ੍ਹ ਨੂੰ ਇਹਨਾਂ ਨੇ ਮਾਨ ਸਨਮਾਨ ਨਾ ਦਿੱਤਾ ਫਿਰ ਤੁਸੀਂ ਘਰ ਵਾਪਸੀ ਕਰੋਗੇ? ਦੇਖੋ ਫਿਰ ਆਪਾਂ ਜਿਹੜੇ ਘਰ 'ਚ ਵੀ ਰਹਿੰਦੇ ਨਾ, ਜੇ ਉੱਥੇ ਵੀ ਮਾਨ ਸਨਮਾਨ ਨਹੀਂ ਮਿਲਦਾ ਨਾ ਤਾਂ ਦੋ ਭਰਾ ਅਲੱਗ ਹੋ ਜਾਂਦੇ। ਜਿਹੜੀ ਤੁਸੀਂ ਦਲਾਲ ਵਾਲੀ ਗੱਲ ਕੀਤੀ ਗਈ, ਉਹਨਾਂ ਨੇ ਇੱਕ ਸ਼ਬਦ ਕਿਹਾ ਕਿ ਵੀ ਦਲਾਲ, ਤੁਸੀਂ ਉਸ 'ਤੇ ਕਾਨੂੰਨੀ ਕਾਰਵਾਈ ਵੀ ਕਰੋਗੇ? ਦੇਖੋ ਜਦ ਉਹ ਨਾਮ ਦੱਸਣਗੇ ਜਾਂ ਤਾਂ ਇੱਕ ਚੀਜ਼ ਦਾ ਨਾ ਮਤਲਬ ਪ੍ਰੂਫ ਦੇਣਗੇ, ਨਹੀਂ ਨਹੀਂ ਉਹਨਾਂ ਨੇ ਕਿਹਾ ਵੀ ਬੋਲਪੁਰੀਆਂ ਦੇ ਕੋਈ ਵਿੱਚੋਂ ਦਲਾਲ ਵੀ ਫਿਰਦੇ ਨੇ। ਨਹੀਂ ਨਹੀਂ ਜਿਹੜੀ ਉਹਨਾਂ ਨੇ ਹੋਰ ਵੀ ਗੱਲਾਂ ਕਹੀਆਂ ਵੀ ਮੈਂ ਬੰਦਾ ਬਣਾ ਦਾਂਗਾ ਜਾਂ ਮੈਂ ਕਿਸੇ ਦੀ ਛਵੀ ਉੱਤੇ, ਜਿਹੜੀ ਉਹਨਾਂ ਨੇ ਕਰੀ ਹੈ ਥੋੜ੍ਹਾ ਪਰਵਾਹ, ਆਪਾਂ ਇੱਕ ਔਨ ਰਿਕਾਰਡ ਤੁਹਾਨੂੰ ਦੱਸ ਰਹੇ ਹਾਂ ਵੀ ਇੰਨੇ ਗੱਲਾਂ ਨਹੀਂ ਕਰਨੀ ਚਾਹੀਦੀਆਂ। ਇਸ ਤੋਂ ਬਾਅਦ ਕਾਨੂੰਨੀ ਕਾਰਵਾਈ ਕਿਆ ਹੋ ਸਕਦੀ ਹੈ ਭਾਈ ਸਾਹਿਬ? ਕਾਨੂੰਨੀ ਕਾਰਵਾਈ ਇਸ ਤੋਂ ਬਾਅਦ ਹੋ ਵੀ ਕਿਆ ਸਕਦੀ ਹੈ? ਤੁਸੀਂ ਕਹਿ ਰਹੇ ਹੋ ਕਿ ਉਹ ਨਾਮ ਲੈਣ
ਇਸ ਟਾਈਮ ਤਾਂ ਉਹਨਾਂ ਨੇ ਸਾਰਿਆਂ ਤੇ ਹੀ ਕੁਐਸਚਨ ਮਾਰਕ ਲਾਤੇ ਕਿ ਵੀ ਸ਼ਾਇਦ ਇਹ ਵੀ ਦਲਾਲ ਹੋ ਸਕਦਾ, ਸ਼ਾਇਦ ਇਹ ਵੀ ਦਲਾਲ ਹੋ ਸਕਦਾ, ਤਾਂ ਹੀ ਤਾਂ ਬੋਲਪੁਰੀ ਅੱਜ ਇਕੱਠੇ ਹੋਏ ਆ ਸਾਰੇ, ਬੋਲਪੁਰੀ ਬਰਾਦਰੀ ਇਕੱਠੀ ਹੋਈ ਹੈ, ਮਤਲਬ ਮੰਦੇ ਜਗਦੀਸ਼ ਕੁਮਾਰ ਜੱਗਾ ਕਰਕੇ ਇਕੱਠੀ ਹੋਈ ਹੈ, ਮੰਦੇ ਨਹੀਂ ਹੈ ਹੋਈ ਹੈ, ਅੱਛਾ ਜਗਦੀਸ਼ ਕੁਮਾਰ ਹੋਈ ਹੈ, ਕਨਫਰਮ ਹੈ ਇਕੱਠੀ ਹੋਏਗੀ, ਕਨਫਰਮ ਹੈ ਕਰੇਗਾ, ਔਰ ਹਰ ਉਹਦੇ ਵਾਸਤੇ ਇਕੱਠੀ ਹੋਏਗੀ, ਕੱਲ ਨੂੰ ਆਪਣੇ 'ਚ ਵੀ ਕੋਈ ਕਿਸੇ ਨੂੰ ਗਲਤ ਕਰੇਗਾ ਨਾ ਤਾਂ ਉਹਦੇ ਸਾਡੇ ਖਿਲਾਫ਼ ਹੀ ਕਿਆ ਪਤਾ ਸਾਰੇ ਇਕੱਠੇ ਹੋਣਗੇ, ਹੋਣੀ ਵੀ ਚਾਹੀਦੀ ਹੈ, ਕੋਈ ਕਿਉਂ ਨਾ ਹੋਵੇ, ਠੀਕ ਹੈ, ਕਿਉਂ ਨਾ ਹੋਵੇ, ਇਹ ਵੀ ਇੱਕ ਸਵਾਲ ਹੈ ਆਪਣੇ ਆਪ 'ਤੇ, ਕਿਉਂ ਨਾ ਹੋਵੇ, ਕਿਸੇ ਦਾ ਦਬਦਬਾ ਥੋੜ੍ਹੀ ਹੈ, ਕਿਸੇ ਦੇ ਦੱਬੇ ਵੇ ਥੋੜ੍ਹੀ ਹੈ, ਕੋਈ ਨਹੀਂ ਦੱਬਿਆ ਵਾ ਅੱਜ ਦੀ ਡੇਟ, ਹਰ ਕੋਈ ਸਕਸ਼ਮ ਹੈ, ਆਪਣੇ ਹੱਥ ਨਾਲ ਰੋਟੀ ਖਾਂਦਾ, ਆਪਣੇ ਹੱਥ ਨਾਲ ਸਾਰਾ ਕੁਝ ਕਰਦਾ, ਇਹ ਥੋੜ੍ਹੀ ਹੈ। ਸਰ ਕੀ ਕਹਿਣਾ ਚਾਹੁੰਦੇ ਹੋ ਜੀ, ਅੱਜ ਤੁਸੀਂ ਮੰਚ ਤੋਂ ਆਪਣੇ ਦਿਲ ਦੀ ਬਹੁਤ ਭੜਾਸ ਕੱਢੀ ਹੈ ਅਤੇ ਬੋਲਪੁਰ ਬਰਾਦਰੀ ਨੂੰ ਬੜਾ ਵਧੀਆ ਸੰਦੇਸ਼ ਦਿੱਤਾ, ਕੀ ਕਹਿਣਾ ਚਾਹੋਗੇ? ਕਹਿਣਾ ਨਹੀਂ ਚਾਹੁੰਦੇ, ਨਾ ਕੋਈ ਦਿਲ ਦੀ ਭੜਾਸ ਸੀ ਇਹ, ਨਾ ਹੀ ਕੋਈ ਦਿਲ ਦੀ ਭੜਾਸ ਸੀ, ਇਹ ਸੱਚਾਈ ਸੀ ਸਾਡੇ ਸਮਾਜ ਦੀ, ਇਹ ਸੱਚਾਈ ਸੀ। ਤੁਸੀਂ ਸਾਰੇ ਸਮਾਜ ਦੇ ਵਿੱਚੋਂ, ਇਸ ਸ਼ਹਿਰ ਦੇ ਵਿੱਚੋਂ ਤੁਸੀਂ ਕੀ ਦੇਖ ਰਹੇ ਹੋ, ਹਰ ਚੌਂਕ 'ਤੇ ਕੀ ਹੋ ਰਿਹਾ, ਦੋ ਘੰਟੇ ਬਾਅਦ ਬੰਦੇ ਲਾਈਵ ਹੋ ਜਾਂਦੇ ਨੇ, ਉਹਨਾਂ ਨੂੰ ਬੋਲਣ ਦਾ ਉਹਨਾਂ ਦਾ ਲਹਿਜਾ ਦੇਖਿਆ ਤੁਸੀਂ, ਕੀ ਲਹਿਜਾ ਉਹਨਾਂ ਦਾ, ਆਪਾਂ ਮਾਂ ਭੈਣ ਦੀ ਗੱਲ ਤਾਂ ਐਵੇਂ ਕੋਮਨ ਕਰ ਦਿੰਦੇ ਹਾਂ ਜਿਵੇਂ ਕਿਸੇ ਨੂੰ ਕਹਿ ਦਿੰਦੇ ਹਾਂ ਦੋ ਰੋਟੀਆਂ ਬਣਾਈ ਮੇਰੇ ਲਈ, ਇਹਨੂੰ ਤਾਂ ਆਪਾਂ ਆਮ ਗੱਲ ਬਣਾ ਲਈ ਹੈ, ਇਹ ਹੈ ਆਪਣਾ ਸਮਾਜ ਇਹ ਅਲਾਓ ਕਰਦਾ। ਸੰਦੀਪ ਜੀ, ਪਹਿਲੇ ਤੁਸੀਂ ਇੱਕ ਸ਼ਹਿਰ ਦੇ ਵੱਡੇ ਲੀਡਰ ਬਣਨ ਦੀ ਕੋਸ਼ਿਸ਼ ਕਰਦੇ ਹੋ, ਫਿਰ ਉਹ ਪਰੋਜ ਦੇਖੋ ਕਿੰਨੀ ਵੱਡੀ ਗੱਲ ਹੈ, ਕਿਆ ਉਹਨਾਂ ਨੂੰ ਅੱਛਾ ਲੱਗਦਾ ਚੀਜ਼ਾਂ? ਸੰਦੀਪ ਜੀ, ਤੁਸੀਂ ਸਭ ਤੋਂ ਵੱਡੇ ਇਹੋ ਜਿਹੇ ਸ਼ਖਸ ਹੋ ਜਿਹੜੇ ਕਿ ਵਿਧਾਨ ਸਭਾ ਦੇ ਵਿੱਚ ਸਭ ਤੋਂ ਵੱਡੀ ਰੈਲੀ ਕਰਨ ਦੇ ਵਿੱਚ ਕਾਮਯਾਬ ਹੋਏ ਸੀ ਆਪਣੇ ਵਾਰਡ ਦੇ ਵਿੱਚ, ਔਰ ਦੇਖਣ ਵਾਲੀ ਰੈਲੀ ਸੀ, ਅਸੀਂ ਵੀ ਉੱਥੇ ਮੌਜੂਦ ਸੀ, ਉੱਥੇ ਇਕੱਠ ਇੰਨਾ ਸੀਗਾ, ਇੱਕ ਮੱਲੇ ਦੀ ਵਾਰਡ ਦੀ ਰੈਲੀ ਨਹੀਂ ਲੱਗਦੀ ਸੀ, ਬਹੁਤ ਵੱਡਾ ਸੀਗਾ, ਇੱਕਦਮ ਇੰਨਾ ਖਟਾਸ ਆਉਣੀ, ਕਿਆ ਵਜੇ ਕੋਈ ਰੋਟਰੀ ਕਲੱਬ ਦਾ ਮਸਲਾ ਸੀ, ਉਹਨਾਂ ਨੇ ਤੁਹਾਡੀ ਮਦਦ ਨਹੀਂ ਕੀਤੀ, ਕੁਛ ਸੁਣਨ ਨੂੰ ਜੋ ਸਾਡੇ ਸੂਤਰ ਦੱਸ ਰਹੇ ਹੈ, ਇਸ ਕਰਕੇ ਹੈ ਜਾਂ ਕੋਈ ਹੋਰ ਵਜੇ ਹੈ ਤੁਹਾਡੀ, ਮਤਲਬ ਅੱਜ ਭਰਾਵਾਂ ਵਰਗੇ ਦੋਸਤ, ਮਤਲਬ ਭਰਾਵਾਂ ਦੇ ਵਿੱਚ ਇੰਨੀ ਫਿੱਕ ਪੈ ਗਈ ਹੈ? ਸਰ ਅਗਰ ਇਹਨੂੰ ਲੈ ਕੇ ਚੱਲਾਂਗੇ ਨਾ ਅੱਗੇ, ਤੁਸੀਂ ਭਰਾਵਾਂ ਵਰਗੇ ਕਹਿ ਰਹੇ ਹੋ ਤਾਂ ਭਰਾ ਸਭ ਤਰਫ ਹੁੰਦੇ ਹੈ, ਇਕੱਲਾ ਭਰਾ ਮੈਂ ਨਹੀਂ ਹੁੰਦਾ, ਭਰਾ ਹਰ ਜਗ੍ਹਾ ਹੁੰਦੇ ਨੇ, ਭਰਾ ਖਾਲੀ ਮੋਢਾ ਦੇਣ ਵਾਸਤੇ ਨਹੀਂ ਹੁੰਦੇ, ਭਰਾ ਖਾਲੀ ਮੋਢਾ ਦੇਣ ਵਾਸਤੇ ਨਹੀਂ ਹੁੰਦੇ, ਜੋ ਉਹਨਾਂ ਦੇ ਵਿਚਾਰ ਹੈ ਤੁਸੀਂ ਸਾਰੇ ਸੁਣਦੇ ਹੋ ਨਾ, ਸਾਰੇ ਜੋ ਤੁਸੀਂ ਉਹਨਾਂ ਦੀਆਂ ਗੱਲਾਂ ਹੈ ਸੁਣਦੇ ਹੋ ਨਾ, ਤੁਸੀਂ ਮੇਰੇ ਹਿਸਾਬ ਨਾਲ ਮੇਰੇ ਤੋਂ ਜ਼ਿਆਦਾ ਰੂਬਰੂ ਹੋ ਉਸ ਆਦਮੀ ਨਾਲ, ਜਾਣਦੇ ਹੋ ਨਾ ਉਹਨਾਂ ਨੂੰ, ਉਹਨਾਂ ਦੇ ਵਿਚਾਰ ਜਾਣਦੇ ਹੋ ਨਾ, ਕੀ ਉਹਨਾਂ ਦੀ ਸੋਚ ਕੀ ਹੈ ਤੁਸੀਂ ਜਾਣਦੇ ਹੋ ਨਾ, ਮੈਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ, ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ। ਕਿੰਨੇ ਸਾਲ ਹੋ ਗਏ ਤੁਹਾਨੂੰ? ਸਾਲ ਸੀਗੇ, ਲੇਕਿਨ ਜਦ ਉਹਨਾਂ ਦਾ ਰੰਗ ਰੂਪ ਜਦ ਸਾਹਮਣੇ ਆਇਆ ਨਿਕਲ ਕੇ, ਅਸੀਂ ਨਹੀਂ ਸੋਚਦੇ ਸੀ ਬੰਦੇ ਦੇ ਮਨ ਦੇ ਵਿੱਚ ਕੀ ਚੱਲਦਾ ਹੈਗਾ, ਉਹ ਕਿਹੜੀ ਸੋਚ ਲੈ ਕੇ ਬੈਠਾ ਹੈਗਾ, ਵੀ ਆ ਸੰਦੀਪ ਜੀ ਆਏ ਨੇ, ਆ ਭਾਜੀ ਆਏ ਨੇ, ਇਹਨਾਂ ਕੋਲ ਮੈਂ ਕੀ ਕਰਨਾ ਹੈਗਾ, ਕੀ ਕੰਮ ਕਢਾਉਣਾ ਹੈਗਾ, ਉਹਦੀ ਸੋਚ ਨਾਲ ਤੁਸੀਂ ਨਹੀਂ ਜਾ ਸਕੋਗੇ, ਜਦ ਬੰਦੇ ਦਾ ਰੰਗ ਸਾਹਮਣੇ ਆਉਂਦਾ ਹੈ ਨਾ ਤਾਂ ਪਤਾ ਲੱਗਦਾ ਹੈ। ਨਹੀਂ, ਤੁਸੀਂ ਇਹ ਗੱਲ ਕਹੀ ਹੈ ਨਾ ਕਿ ਵੀ ਹਰ ਚੌਕ 'ਚ ਗਾਲ ਕੱਢ ਦੇਣੀ, ਇਹ ਕਰ ਦੇਣਾ, ਠੀਕ ਹੈ, ਜਦ ਤੁਹਾਡੇ ਨਾਲ ਰਹਿੰਦੇ ਸੀ ਤਦ ਨਹੀਂ, ਮਤਲਬ ਇਹੋ ਜਿਹਾ ਨੇਚਰ ਸੀ ਕਿ ਹੁਣ ਹੋ ਗਿਆ ਉਹਨਾਂ ਦਾ? ਮੈਂ ਦੱਸ ਤੁਹਾਡੀ ਗੱਲ 'ਤੇ ਆ ਰਿਹਾ, ਮੈਂ ਤੁਸੀਂ ਜਿਹੜੀਆਂ ਹੁਣ ਗੱਲਾਂ ਦੇਖ ਰਹੇ ਹੋ ਜੋ ਲਾਈਵ ਹੋ ਕੇ ਗਾਲਾਂ ਕੱਢਦਾ ਹੈਗਾ, ਇੱਕ ਸ਼ਖਸ ਆਪਣੇ ਘਰ ਦੇ ਅੰਦਰ ਕਮਰੇ ਦੇ ਅੰਦਰ ਕਿਸੇ ਨੂੰ ਮਾੜਾ ਚੰਗਾ ਦੋਸਤ ਨੂੰ ਕਹਿ ਦਿੰਦਾ ਹੈਗਾ, ਉਹ ਅੰਦਰ ਹੈ ਨਾ, ਇੱਕ ਚਲੋ ਇੱਕ ਪੜਦੇ ਦੇ ਵਿੱਚ ਤਾਂ ਹੈ ਨਾ, ਚਲੋ ਕਿਸੇ ਨੂੰ ਆਪਣਾ ਸਮਝ ਕੇ ਕਹਿੰਦਾ ਹੈ, ਉਹ ਤਾਂ ਓਪਨਲੀ ਹੋ ਗਏ, ਉਹ ਤਾਂ ਤੁਸੀਂ ਦੇਖ ਹੀ ਰਹੀ ਹੋ, ਸ਼ਹਿਰ ਦੇ MLA ਮੈਡਮ ਨੀਨਾ ਮਿੱਤਲ ਜੀ, ਜਿਨ੍ਹਾਂ ਨੂੰ ਆਪਾਂ ਚੁਣਿਆ ਹੈ, ਇਹਦੇ ਵਿੱਚ ਮੈਂ ਵੀ ਆਉਂਦਾ ਤੁਸੀਂ ਵੀ ਆਉਂਦੇ ਹੋ, ਉਹਨਾਂ ਨੂੰ ਆਪਾਂ ਚੁਣਿਆ ਹੈ, ਇੱਕ ਆਪਣੇ ਸ਼ਹਿਰ ਦੇ ਬੜੇ ਵੱਡੇ ਜਿਹਨੂੰ ਇਸ ਤੋਂ ਉੱਪਰ ਕੋਈ ਨਹੀਂ ਹੁੰਦਾ ਹੈਗਾ, ਉਹਨਾਂ ਤੋਂ ਉੱਪਰ ਕੋਈ ਨਹੀਂ ਹੁੰਦਾ ਸ਼ਹਿਰ ਵਾਸਤੇ, ਆਪਾਂ ਉਹਨਾਂ ਦਾ ਨਾਮ ਲੈ ਕੇ ਵੀ ਇਹ ਮੇਰੇ MLA ਦਾ ਘਰ ਵਾਲਾ,
ਆਪਾਂ ਵੀ ਇੱਕ ਦੂਜੇ ਨੂੰ ਨਹੀਂ ਕਹਾਂਗੇ ਤੈਨੂੰ ਮੈਂ ਬੰਦੇ ਦਾ ਪੁੱਤ ਬਣਾ ਦਾਂਗਾ, ਕੀ ਹੁੰਦਾ ਹੈ? ਇਹ ਸਲੀਕਾ ਹੈ ਕੋਈ? ਇਹ ਆਪਣੇ ਸੰਸਕਾਰ ਨੇ, ਸੰਸਕਾਰ ਨੇ ਆਪਣੇ। ਮੇਰੇ ਹਿਸਾਬ ਨਾਲ ਕੋਈ ਖਾਨਦਾਨੀ ਆਦਮੀ ਇੱਦਾਂ ਦੀ ਗੱਲ ਨਹੀਂ ਕਰ ਸਕਦਾ ਜੋ ਮੈਂ ਦੱਸ ਰਿਹਾ ਤੁਹਾਨੂੰ। ਬਾਕੀ ਜੋ ਮੇਰੀ ਆਪਣੀ ਸੋਚ ਹੈ ਤੁਹਾਡਾ ਆਪਣੀ ਸੋਚ ਹੈਗੀ। ਮੇਰੇ ਹਿਸਾਬ ਨਾਲ ਤੁਸੀਂ ਵੀ ਯਾਰ ਅੱਛੇ ਘਰਾਂ ਤੋਂ ਹੋ ਯਾਰ, ਅਸੀਂ ਵੀ ਅੱਛੇ ਘਰ ਤੋਂ ਹੈਗੇ, ਆਪਾਂ ਕਿਸੇ ਆਪਣੇ ਦੁਸ਼ਮਣ ਦੁਆਰ ਵੀ ਇੱਦਾਂ ਦੀ ਗੱਲ ਨਹੀਂ ਕਰਾਂਗੇ। ਤੁਸੀਂ ਸਟੇਜ ਤੇ ਜਦ ਚੜੇ ਸੀਗੇ ਤੁਸੀਂ ਕਿਹਾ ਸੀ ਮੈਂ ਅੱਜ ਪਹਿਲੀ ਵਾਰ ਬੋਲ ਰਿਹਾ ਤੇ ਅੱਜ ਮੈਂ ਨਰਵਸ ਵੀ ਆ, ਫਿਰ ਵੀ ਤੁਸੀਂ ਇੰਨਾ ਅੱਛਾ ਭਾਸ਼ਣ ਦੇ ਗਏ ਸੀ, ਇਹ ਕਿਆ ਮਤਲਬ ਦਿਲ ਦੀ ਭੜਾਸ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਕਿ ਕੁਝ ਦਿਨਾਂ ਤੋਂ ਬਣੀ ਹੈ? ਤੁਹਾਡੇ ਸਾਹਮਣੇ ਸੰਦੀਪ ਜੀ ਨੇ ਕੀ ਕਿਹਾ, ਇਹ ਦਿਲ ਦੀ ਭੜਾਸ ਹੁੰਦੀ ਜਾਂ ਦਿਲ ਵਿੱਚ ਕੋਈ ਇੱਦਾਂ ਦੀ ਗੱਲ ਹੁੰਦੀ ਤਾਂ ਮੈਂ ਇੰਨਾ ਵੱਡਾ ਪ੍ਰੋਗਰਾਮ ਨਾ ਕਰਾਉਂਦਾ। ਇਹ ਬੜਾ ਵੱਡਾ ਮੈਸੇਜ ਹੈ ਸ਼ਹਿਰ ਲਈ, 43 ਸਾਲ ਦੀ ਯਾਰੀ, 33 ਸਾਲ ਦੀ ਯਾਰੀ ਜੋ ਸਾਡਾ ਨਹੀਂ ਹੈ ਤਾਂ ਕਿਸੇ ਦਾ ਨਹੀਂ ਹੋ ਸਕਦਾ ਅੱਜ ਤੋਂ ਬਾਅਦ, ਜੋ ਸਾਡਾ ਨਹੀਂ ਹੋ ਸਕਦਾ ਕਿਸੇ ਦਾ ਨਹੀਂ ਹੋ ਸਕਦਾ। ਇਹ ਗੱਲ ਸਾਰੇ ਯਾਦ ਰੱਖਣਾ, ਇਹ ਸਾਰੇ ਸ਼ਹਿਰ ਲਈ ਇੱਕ ਸੰਦੇਸ਼ ਆਏਗਾ।